ਹੈਲੋ ਫਰੈਂਡਸ, ਮੈਂ ਲਕਸ਼ਦਾ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਗੱਲ ਕਰਾਂਗੇ ਰਿਐਲਿਟੀ ਸ਼ੋਅ ਬਿਗ ਬੌਸ 13 ਦੀ। ਬੀਤੇ ਦਿਨ ਘਰ ਦੇ ਵਿੱਚ ਅਸੀਮ ਨੂੰ ਹਿਮਾਂਸ਼ੀ ਦਾ ਮੈਸੇਜ ਆਇਆ ਸੀ ਕਿ ਉਸਨੇ ਆਪਣਾ 9 ਸਾਲ ਪੁਰਾਣਾ ਰਿਲੇਸ਼ਨ ਤੋੜ ਦਿੱਤਾ ਹੈ ਅਤੇ ਉਹ ਬਾਹਰ ਵੇਟ ਕਰ ਰਹੀ ਹੈ ਅਸੀਮ ਰਿਆਜ਼ ਦਾ। ਦੱਸ ਦਿਓ ਕਿ ਇਸ ਗੱਲ ਨੂੰ ਸੁਣ ਕੇ ਕੁਛ ਦਰਸ਼ਕਾਂ ਨੇ ਬਹੁਤ ਪੋਜ਼ਿਟਿਵ ਰਿਐਕਸ਼ਨ ਦਿੱਤਾ ਹੈ ਅਤੇ ਕੁਛ ਨੇ ਉਸਦੇ ਖਿਲਾਫ਼ ਕੁਛ ਗਲਤ ਗੱਲਾਂ ਬੋਲੀਆਂ ਨੇ। ਦੱਸ ਦਿਓ ਤੁਹਾਨੂੰ ਕਿ ਇਸ ਨੂੰ ਸੁਣ ਕੇ ਹਿਮਾਂਸ਼ੀ ਨੇ ਆਪਣੇ ਖਿਲਾਫ਼ ਬੋਲਣ ਵਾਲਿਆਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ ਅਤੇ ਜਿਨ੍ਹਾਂ ਨੇ ਉਸਦੇ ਲਈ ਪੋਜ਼ਿਟਿਵ ਰਿਐਕਸ਼ਨ ਦਿੱਤਾ ਹੈ ਅਤੇ ਉਹਨਾਂ ਦੀ ਟਵੀਟ ਨੂੰ ਵੀ ਰੀਟਵੀਟ ਕੀਤਾ ਹੈ। ਅਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਰਿਪਲਾਈ ਦਿੱਤਾ ਹਿਮਾਂਸ਼ੀ ਖੁਰਾਨਾ ਨੇ। ਅਗਰ 9 ਸਾਲ ਕੇ ਰਿਲੇਸ਼ਨਸ਼ਿਪ ਮੇਂ ਆਪਕੋ ਆਪਣੇ ਪਾਰਟਨਰ ਪੇ ਇਤਨਾ ਵੀ ਭਰੋਸਾ ਨਹੀਂ ਹੈ ਕਿ ਵੋ ਸਿਰਫ ਆਪਕਾ ਹੈ ਤੋ ਅੱਛਾ ਹੈ ਕਿ ਵੋ ਰਿਲੇਸ਼ਨ ਟੂਟ ਗਿਆ। ਹਿਮਾਂਸ਼ੀ ਟੋਲਡ ਮੈਨੀ ਟਾਈਮਸ ਔਨ ਕੈਮਰਾ ਕਿ ਮੈਂ ਸਿਰਫ ਉਸਕੀ ਹੂੰ ਔਰ ਹਮਾਰੇ ਬੀਚ ਦੋਸਤੀ ਸੇ ਜ਼ਿਆਦਾ ਕੁਛ ਨਹੀਂ ਹੋ ਸਕਤਾ, ਹੋਪ ਦੀ ਰੀਅਲ ਲਵ ਵਿਨ। ਤੇ ਇਹ ਤਾਂ ਸੀ ਪੋਜ਼ਿਟਿਵ ਟਵੀਟ ਕਿ ਉਸਦੇ ਰਿਲੇਸ਼ਨ ਦੇ ਬਾਰੇ ਕਿਸਨੇ ਪੋਜ਼ਿਟਿਵ ਰਿਐਕਸ਼ਨ ਦਿੱਤਾ ਹੈ। ਤੇ ਦੱਸ ਦਿੱਤਾ ਕਿ ਉਸਦੇ ਰਿਲੇਸ਼ਨ ਦੇ ਬਾਰੇ ਜਿਸਨੇ ਨੈਗੇਟਿਵ ਟਵੀਟ ਕੀਤਾ ਸੀ ਉਸਨੂੰ ਵੀ ਉਸਨੇ ਕਰਾਰਾ ਜਵਾਬ ਦਿੱਤਾ ਸੀ। ਔਰ ਨੈਗੇਟਿਵ ਟਵੀਟ ਸੀ ਬਿੰਦੂ ਦਾਰਾ ਸਿੰਘ ਵੱਲੋਂ। ਬਿੰਦੂ ਦਾਰਾ ਸਿੰਘ ਨੇ ਹਿਮਾਂਸ਼ੀ ਦੇ ਲਈ ਇੱਕ ਟਵੀਟ ਕੀਤਾ। ਇਸ ਟਵੀਟ ਨੂੰ ਦੇਖਣ ਤੋਂ ਬਾਅਦ ਹਿਮਾਂਸ਼ੀ ਨੇ ਆਪਣੇ ਖਿਲਾਫ ਨੈਗੇਟਿਵ ਬੋਲਣ ਵਾਲੇ ਨੂੰ ਕਰਾਰਾ ਜਵਾਬ ਦਿੱਤਾ ਹੈ। ਹਿਮਾਂਸ਼ੀ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਕਰਕੇ ਲਿਖਿਆ, ਮੈਂ ਆਪਕੋ ਨਹੀਂ ਜਾਣਤੀ, ਆਪ ਮੁਝੇ ਨਹੀਂ ਜਾਣਤੇ, ਸ਼ਾਇਦ ਕੋਈ ਆਪਣੀ ਪਰਸਨਲ ਲਾਈਫ ਕੋ ਲੇਕਰ ਪਰੇਸ਼ਾਨ ਹੋ ਯਾ ਅਪ ਡਾਊਨਸ ਹੋ, ਇੱਕ ਸੀਨੀਅਰ ਐਕਟਰ ਹੋਣੇ ਕੇ ਨਾਤੇ ਆਪਕੋ ਸ਼ੋਭਾ ਨਹੀਂ ਦੇਤਾ, ਆਪ ਮੇਰੀ ਲਾਈਫ ਕੇ ਡਿਸੀਜ਼ਨ ਕਾ ਮਜ਼ਾਕ ਉਡਾਏ। ਬਿੰਦੂ ਦਾਰਾ ਸਿੰਘ ਜੀ, ਹਿਮਾਂਸ਼ੀ ਨੇ ਆਪਣੇ ਖਿਲਾਫ਼ ਨੈਗੇਟਿਵ ਬੋਲਣ 'ਤੇ ਬਿੰਦੂ ਦਾਰਾ ਸਿੰਘ ਨੂੰ ਕਰਾਰਾ ਜਵਾਬ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਹਿਮਾਂਸ਼ੀ ਦਾ ਇਹ ਡਿਸੀਜ਼ਨ ਸਹੀ ਹੈ ਜਾਂ ਗਲਤ? ਇਸ ਬਾਰੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ 'ਚ ਕਮੈਂਟ ਕਰਕੇ ਅਤੇ ਹੋਰ ਲੇਟੈਸਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।